एवन पंजाबी ते एवन न्यूज़ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਦਲਜੀਤ ਸਿੰਘ ਚੀਮਾ ਕੌਣ ਨੇ? ਦਲਜੀਤ ਸਿੰਘ ਚੀਮਾ ਮੇਰਾ ਚੇਲਾ ਔਰ ਉਹ ਕੌਣ ਹੁੰਦਾ ਮੈਨੂੰ ਅਕਾਲੀ ਦਲ ਤੋਂ ਅਲੱਗ ਕਰਨੇ ਵਾਲਾ? ਮਾਫ ਕਰਨਾ, ਇਹ ਮੈਂ ਨਹੀਂ ਕਹਿ ਰਿਹਾ, ਇਹ ਕਹਿ ਰਹੇ ਨੇ ਸੇਵਾ ਸਿੰਘ ਸੇਖਵਾ ਸਾਹਿਬ। ਦਲਜੀਤ ਸਿੰਘ ਚੀਮਾ ਨੇ ਇਲਜ਼ਾਮ ਲਾਏ ਨੇ ਕਿ ਸੇਵਾ ਸਿੰਘ ਸੇਖਵਾ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ, ਵਿਰੋਧੀ ਗਤੀਵਿਧੀਆਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ, ਇਸ ਕਰਕੇ ਉਹਨਾਂ ਨੂੰ ਪਾਰਟੀ ਤੋਂ ਵਾਂਝੇ ਕੀਤਾ ਜਾ ਰਿਹਾ। ਅਤੇ ਸੇਵਾ ਸਿੰਘ ਸੇਖਵਾ ਸਾਹਿਬ ਨੇ ਇੱਕ ਇੱਕ ਗੱਲ ਦਲਜੀਤ ਸਿੰਘ ਚੀਮਾ ਜੀ ਦਾ ਜਵਾਬ ਦਿੱਤਾ। ਦਲਜੀਤ ਸਿੰਘ ਚੀਮਾ ਜੀ ਨੇ ਕੀ ਕਿਹਾ ਔਰ ਸੇਵਾ ਸਿੰਘ ਸੇਖਵਾ ਸਾਹਿਬ ਨੇ ਕਿਵੇਂ ਜਵਾਬ ਦਿੱਤਾ, ਇਹ ਪਹਿਲਾਂ ਤੁਸੀਂ ਸੁਣ ਸਕਦੇ ਹੋ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਮੀਟਿੰਗ ਕਰਕੇ ਜ਼ਿਆਦਾਤਰ ਸੇਵਾ ਸਿੰਘ ਸੇਖਵਾ ਜਿਹਨਾਂ ਦੇ ਕਿ ਕਾਫੀ ਦਿਨਾਂ ਤੋਂ ਐਂਟੀ ਪਾਰਟੀ ਐਕਟੀਵਿਟੀ ਚੱਲ ਰਹੀ ਹੈ, ਔਰ ਮੈਂ ਕਹਿ ਸਕਦਾ ਕਿ ਜਿਨ੍ਹਾਂ ਨੂੰ ਪਾਰਟੀ ਨੇ ਬਹੁਤ ਕੁਛ ਦੇ ਕੇ ਨਿਵਾਜਿਆ ਸੀ ਔਰ ਅਕਿਰਤ ਘਣਤਾ ਦਿਖਾਉਂਦੇ ਹੋਏ ਵਾਰ ਵਾਰ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਰਿਹਾ, ਅੱਜ ਸਾਰੀ ਸੀਨੀਅਰ ਲੀਡਰਸ਼ਿਪ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਨੂੰ ਪਾਰਟੀ ਦੀ ਮੁੱਢੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ। ਅੱਜ ਹੀ ਪਾਰਟੀ ਵੱਲੋਂ ਇਹ ਫੈਸਲਾ ਜਿਹੜਾ ਮੀਡੀਆ ਨੂੰ ਕਰਨਾ। ਜੋ ਕੁਝ ਪਿਛਲੇ ਸਮੇਂ 'ਚ ਹੋਇਆ, ਸੌਦੇ ਸਾਧ ਨੂੰ ਮਾਫ਼ੀ ਦੇਣੀ, ਵਾਪਸ ਲੈਣੀ, ਬਰਗਾੜੀ ਦਾ ਕਾਂਡ, ਸੌਦੇ ਸਾਧ ਤੋਂ ਇਲੈਕਸ਼ਨ ਵਿੱਚ ਮਦਦ ਲੈਣੀ, ਗੁਰੂ ਮਹਾਰਾਜ ਦੀ ਬੇਅਦਬੀ ਹੋਣੀ, ਅਤੇ ਜਿਸ ਢੰਗ ਨਾਲ ਪੋਰਮਨ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ 'ਤੇ ਅਕਾਲੀ ਸਰਕਾਰ ਵੱਲੋਂ ਗੋਲੀਆਂ ਚਲਾਉਣੀਆਂ, ਡਾਂਗਾਂ ਚਲਾਉਣੀਆਂ, ਸੈਂਕੜੇ ਜ਼ਖਮੀ ਕਰਨੇ ਅਤੇ ਦੋ ਸਿੰਘ ਸ਼ਹੀਦ ਕਰ ਦੇਣੇ, ਫਿਰ ਅਕਾਲੀ ਸਰਕਾਰ ਵੇਲੇ ਇਹਨਾਂ ਸਾਰੇ ਦੋਖੀਆਂ 'ਤੇ ਕੋਈ ਕਾਰਵਾਈ ਨਾ ਹੋਣੀ, ਇਹਨਾਂ ਸਾਰੀਆਂ ਗੱਲਾਂ ਕਰਕੇ ਅੱਜ ਮੈਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਤੇ ਕੋਰ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਸਾਡੀ ਮੰਗ ਜਿਹੜੀ ਆ ਮੁੱਖ ਤੌਰ 'ਤੇ ਉਹ ਇਹ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਇਹ ਜੋ ਹਾਲਾਤ ਬਣੇ ਨੇ ਇਹਨਾਂ ਵਾਸਤੇ ਜ਼ਿੰਮੇਵਾਰ ਨੇ, ਉਹ ਸਟੈਪ ਡਾਊਨ ਹੋਣ, ਉਹ ਇਸ ਅਗਵਾਈ ਤੋਂ ਲਾਂਭੇ ਹੋਣ ਅਤੇ ਕਿਸੇ ਯੋਗ ਵਿਅਕਤੀ ਨੂੰ ਇਹ ਅਗਵਾਈ ਦੇਣ ਜਿਹੜਾ ਖਾਲਸਾ ਪੰਥ ਦਾ ਏਜੰਡਾ ਧਾਰਨ ਕਰ ਸਕੇ ਅਤੇ ਉਹਨੂੰ ਲਾਗੂ ਕਰਨ ਦੀ ਸਮਰੱਥਾ ਰੱਖਦਾ ਹੋਵੇ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਤੁਰੰਤ ਬਿਆਨ ਜਾਰੀ ਕਰਦਿਆਂ ਸੇਖਵਾਂ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲਾਏ। ਬਿਲਕੁਲ ਜੀ, ਸੇਵਾ ਸਿੰਘ ਸੇਖਵਾ ਨੇ ਕਿਹਾ ਕਿ ਚੀਮਾ ਤਾਂ ਮੇਰਾ ਚੇਲਾ ਹੈ, ਉਹ ਕੌਣ ਹੁੰਦਾ ਮੈਨੂੰ ਬਾਹਰ ਦਾ ਰਸਤਾ ਦਿਖਾਉਣ ਵਾਲਾ, ਅਸੀਂ ਅਕਾਲੀ ਦਲ ਵਿੱਚ ਹੀ ਜਨਮ ਲਿਆ ਹੈ ਔਰ ਮਰਦੇ ਦਮ ਤੱਕ ਅਸੀਂ ਅਕਾਲੀ ਦਲ ਨਾਲ ਜੁੜੇ ਰਹਾਂਗੇ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।